पंजाब में लोकसभा चुनाव को लेकर बीजेपी केंद्रीय मंत्री सोम प्रकाश बहुजन समाज पार्टी अम्बेडकर का समर्थन लेने बीएसपी के कपूरथला दफ्तर पहुंचे, जहां बीएसपी के पार्टी प्रधान मनोज कुमार नाहर ने बीजेपी केंद्रीय मंत्री सोम प्रकाश को सरोपा डालकर उनका जोरदार स्वागत किया। तो वहीं बीएसपी ने बीजेपी को पंजाब की सभी 13 और चंडीगढ़ की एक सीट पर लोकसभा में समर्थन देने का ऐलान किया है। कपूरथला से अजय सबरवाल की रिपोर्ट। ਖੁਸ਼ੀ ਗੱਲ ਹੈ ਕਿ ਬੀਐਸਪੀ ਅੰਬੇਦਕਰ ਜੀ ਵੱਲੋਂ ਮਨੋਜ ਕੁਮਾਰ ਨਾਲ ਅਤੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਬੀਐਸਪੀ ਅੰਬੇਦਕਰ ਜੀ ਅਤੇ ਕਮਲਜੀਤ ਸਿੰਘ ਸੋਹਤਾ ਪੰਜਾਬ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ। ਸਾਡੇ ਪੰਜਾਬ ਦੇ ਕੱਢੀ ਨੂੰ ਜਿਹਦੇ ਸਮਰਥਨ ਨਾਲ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਚਿਤ ਤੌਰ 'ਤੇ ਤਾਕਤ ਮਿਲੇਗੀ ਔਰ ਮੈਂ ਇਹਦਾ ਧੰਨਵਾਦ ਵੀ ਕਰਦਾ ਔਰ ਅਸੀਂ ਰਲ ਕੇ ਜਿਹੜੀਆਂ ਦੇਸ਼ ਦੀ ਹੋਰ ਤਾਕਤਾਂ ਨੇ ਉਹਨਾਂ ਨੂੰ ਪਰੇ ਕਰਨ ਵਿੱਚ ਕਾਮਯਾਬ ਹੋਵਾਂਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਚਿਤ ਤੌਰ 'ਤੇ ਇਹਨਾਂ ਨੂੰ ਬਹਾਲ ਮਿਲੇਗਾ। ਮੈਂ ਇਹਦਾ ਸਵਾਗਤ ਕਰਦਾ ਇਹਦੇ ਸ਼ਲਾਘਾ ਕਰਦਾ ਜਿਹਨਾਂ ਨੇ ਠੀਕ ਫੈਸਲਾ ਲਈ ਕਿ ਭਾਰਤੀ ਜਨਤਾ ਪਾਰਟੀ ਨੂੰ ਤਾਕਤ ਦਿੱਤੀ। ਸਰ ਇਹ ਜੇ ਪੰਜਾਬ ਦੀਆਂ ਜਿੰਨੀਆਂ ਵੀ ਸੀਟਾਂ ਵਾ ਸਾਰੀਆਂ ਸੀਟਾਂ ਸਮਰਥਨ ਦਿੱਤਾ ਗਿਆ ਉਹਨਾਂ ਨੂੰ? ਹਾਂਜੀ ਸਰ, ਜੇ ਸਮਰਥਨ ਜਿਹੜਾ ਦੇ ਰਹੇ ਔਰ ਕਿਸ ਆਧਾਰ ਦੇ ਉੱਪਰ ਜਿਹੜਾ ਸਮਰਥਨ ਦੇ ਰਹੇ ਆ? ਬਸਪਾ ਅੰਬੇਡਕਰ ਪਾਰਟੀ ਦਾ ਜੋ ਭਾਰਤੀ ਜਨਤਾ ਪਾਰਟੀ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਜੋ ਰਿਲਾਇੰਸ ਹੋਇਆ, ਅੱਜ ਮੁੱਖ ਮਹਿਮਾਨ ਤੌਰ 'ਤੇ ਕੇਂਦਰੀ ਮਨਿਸਟਰ ਸ਼੍ਰੀ ਸੋਮ ਪ੍ਰਕਾਸ਼ ਜੀ ਮੁੱਖ ਮਹਿਮਾਨ ਤੌਰ 'ਤੇ ਇੱਥੇ ਅੱਜ ਪਹੁੰਚੇ ਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਵਡਮੁੱਲੇ ਵਿਚਾਰਾਂ ਰਾਹੀਂ ਸਾਰੇ ਹੀ ਬਸਪਾ ਅੰਬੇਡਕਰ ਪਾਰਟੀ ਦੇ ਜ਼ਿੰਮੇਵਾਰ ਸਾਥੀਆਂ ਨੂੰ ਸੰਬੋਧਨ ਕਰਨ ਔਰ ਇਹ ਦੱਸ ਦੇਣ ਕਿ ਭਾਰਤੀ ਜਨਤਾ ਪਾਰਟੀ ਅਤੇ ਬਸਪਾ ਅੰਬੇਡਕਰ ਪਾਰਟੀ ਦਾ ਜਿਹੜਾ ਸਮਝੌਤਾ ਆ ਇਹ ਕਿਵੇਂ ਚੱਲੇ। फिरोजपुर के एक निजी अस्पताल में काम करने वाली लड़की की संदिग्ध परिस्थितियों में मौत के बाद परिवार ने पुलिस से न्याय की मांग की, लेकिन पुलिस विभाग के टालमटोल की वजह से परिवार को अभी तक कोई न्याय नहीं मिला। वहीं गुस्साए परिवार के लोगों ने लखो के बलराम में सड़क जाम कर विरोध प्रदर्शन किया, जिसकी जानकारी मिलते ही पुलिस मौके पर पहुंची और मामले में जांच कर उचित कार्रवाई का भरोसा दिया है। फिलहाल पुलिस मामले में जांच में जुटी हुई है। फिरोजपुर से सुखचैन सिंह की रिपोर्ट। ਸੁਸਾਈਡ ਕਰ ਲਿਆ, ਸਾਨੂੰ ਕੋਈ ਰੀਜ਼ਨ ਨਹੀਂ ਦਿੱਤਾ ਗਿਆ, ਕੁਛ ਨਹੀਂ ਦਿੱਤਾ ਗਿਆ। ਜਦੋਂ ਉੱਥੇ ਗਏ ਸੀਸੀ ਕੈਮਰੇ ਡਿਲੀਟ ਸੀਗੇ, ਉੱਥੋਂ ਬਾਕੀ ਹਸਪੀਟਲ ਅਨਿਲ ਬਾਗੀ ਫਿਰੋਜ਼ਪੁਰ। ਕਿੰਨੀ ਉਮਰ ਸੀ ਇਸ ਤਰ੍ਹਾਂ? ਲੜਕੀ 29 ਸਾਲ ਦੀ ਉਮਰ ਦੀ ਸੀ। ਕੀ ਕਰਦੀ ਸੀ? ਨਰਸਿੰਗ ਜੋਬ ਕਰਦੀ ਸੀ ਅਨਿਲ ਬਾਗੀ। ਜੋਬ ਕਰਦੀ? ਕਿੰਨੀ ਦੇਰ ਤੋਂ ਉੱਥੇ ਜੋਬ ਕਰ ਰਹੀ ਸੀ? ਇਹਨੂੰ ਘੱਟੋ ਘੱਟ 2 ਸਾਲ ਹੋ ਗਏ ਜੀ ਜੋਬ ਕਰਦੇ। ਮੇਰਾ ਬੱਚਾ 2 ਸਾਲ ਉੱਥੇ ਕੰਮ ਕਰਦਾ ਹੈ।
ਕਿੱਥੇ ਗਾ? ਬਾਗੀ ਹਸਪੀਟਲ, ਅਨਿਲ ਬਾਗੀ। ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਗਾ, ਮੇਰੇ ਬੱਚੇ ਨੂੰ ਇਹਨਾਂ ਨੇ ਮਰਿਆ ਦੇ ਤਾ। ਮੇਰੇ ਨਾਲ 11:45 ਮੇਰੇ ਬੱਚੇ ਨੇ ਗੱਲ ਕੀਤੀ ਆ, ਮੇਰੇ ਬੱਚੇ ਨੂੰ ਇਹ ਇਲਜ਼ਾਮ ਲਾ ਰਹੇ ਸਾਰਾ ਕੁਛ ਗਲਤ ਕਹਿ ਰਹੇ। ਤੇ ਬੇਟੀ ਦਾ ਮਰਡਰ ਹੋ ਗਿਆ 7 ਤਰੀਕ ਨੂੰ ਦੀ ਬਾਗੀ ਹਸਪੀਟਲ ਦੇ ਵਿੱਚ। ਕੀ ਕਰਦੀ ਸੀ? ਬਤਾਉਣੇ ਨਰਸ ਦਾ ਲੜਕੀ ਦੀ ਤੁਹਾਡੇ ਨਾਲ ਪਹਿਲਾਂ ਗੱਲ ਵੀ ਹੋਈ ਸੀਗੀ? 11 ਵਜੇ ਕਿਸ ਤਰ੍ਹਾਂ ਦਾ ਸੁਨੇਹਾ? ਕੀ ਤੁਹਾਨੂੰ ਕੀ ਸ਼ੱਕ? पंजाब के सुल्तानपुर लोधी में कार और बाइक के गुजरने को लेकर हुए विवाद इतना बढ़ गया कि दो पक्ष आमने सामने आ गए। इस दौरान जमकर हुई मारपीट में दो युवक गंभीर घायल हो गए, जिनमें से एक की हालत गंभीर बनी हुई है। वहीं दूसरे ओर मच्छी चोया गांव निवासी जमकी युवक के परिजन और ग्रामीणों ने अस्पताल के बाहर सड़क जाम कर विरोध प्रदर्शन किया और आरोपियों के खिलाफ सख्त कार्रवाई करने की मांग की। फिलहाल पुलिस ने मामले को संज्ञान में लेते हुए घायलों को बयान लेकर जांच शुरू कर दी है। सुल्तानपुर लोधी से अजय सबरवाल की रिपोर्ट। ਅਤੇ ਭਾਅ ਜੀ ਮੈਂ ਡੇਲੀ ਰੂਟੀਨ ਦੇ ਵਿੱਚ ਜਿੰਮ ਆਉਂਦਾ ਵਾ ਰੋਜ਼ ਹੀ। ਅਤੇ ਭਾਅ ਜੀ ਇਹ ਮੈਂ ਇੱਧਰ ਦੀ ਆ ਰਿਹਾ ਸੀਗਾ ਵਾਇਆ ਬੂਸੋਵਾਲ ਤੋਂ ਮਿਆਣੀ, ਮਿਆਣੀ ਤੋਂ ਮਾਛੀ ਜੋਆ ਸਾਈਡ। ਅਤੇ ਭਾਅ ਜੀ ਮੈਨੂੰ ਜਿੰਮ 'ਚੋਂ ਮੁੰਡੇ ਦਾ ਫੋਨ ਆਇਆ ਵਾ, ਤੂੰ ਆਇਆ ਨਹੀਂ ਹਜੇ। ਭਾਅ ਜੀ ਮੈਂ ਫੋਨ ਚੱਕਣ ਦੇ ਲਈ ਰੁਕਿਆ ਵਾਂ ਉੱਥੇ, ਅਤੇ ਭਾਅ ਜੀ ਇਹ ਬੰਦੇ ਨੇ ਭਾਅ ਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ, ਇਹਨੇ ਭਾਅ ਜੀ ਗੱਡੀ ਮੇਰੇ ਵਿੱਚ ਮਾਰੀ ਆ ਇਸ ਬੰਦੇ ਨੇ ਆ ਕੇ, ਅਤੇ ਗੱਡੀ ਮਾਰ ਕੇ ਭਾਅ ਜੀ ਮੈਂ ਡਿੱਗਿਆ ਵਾਂ। ਅਤੇ ਭਾਅ ਜੀ ਮੇਰੇ ਲੈਗਾਮੈਂਟ 'ਤੇ ਸੱਟ ਲੱਗੀ ਆ ਭਾਅ ਜੀ, ਪਰ ਮੈਂ ਉੱਠ ਗਿਆ ਵਾਂ ਮੋਟਰਸਾਈਕਲ ਨੂੰ ਹੱਥ ਪਾ ਕੇ। ਇਹ ਭਾਅ ਜੀ ਬੰਦਾ ਕਹਿੰਦਾ ਮੈਂ ਆਪਣੀ ਸਾਈਡ 'ਤੇ ਖੜਾ ਵਾਂ ਬਿਲਕੁਲ, ਮੈਨੂੰ ਵੀ ਪਤਾ ਵੀ ਉਹ ਜਗ੍ਹਾ ਪੂਰੀ ਪੂਰੀ ਆ, ਵੀ ਉੱਥੋਂ ਦੀ ਮਤਲਬ ਜੇ ਮੈਂ ਸੈਂਟਰ 'ਚ ਰੋਕਦਾ ਵਾਂ ਤਾਂ ਕੋਈ ਚੀਜ਼ ਨਹੀਂ ਲੰਘਦੀ। ਮਾਚੋ ਲੱਗੇ ਸਾਡੀ ਪੈਰੀ ਆ, ਪੈਰੀ ਸਾਡੇ ਉੱਠ ਧਰਨਾ ਲਾਇਆ। ਕੀ ਕਾਰਨ? ਧਰਨਾ ਲਾਇਆ ਵੀ ਅਸੀਂ, ਸਾਡੀ ਸੁਣਵਾਈ ਨਹੀਂ ਹੋਈ। ਕੀ ਘਟਨਾ? ਕੀ ਹੋਈ? ਘਟਨਾ ਲੜਾਈ ਹੋ ਗਈ, ਮੁੰਡੇ ਦੇ ਗਲ ਪੈ ਗਏ ਆਣ ਕੇ। ਕਾਰਨ ਕੀ ਹੈ ਲੜਾਈ? ਕਾਰਨ ਇਹ ਵੀ ਮੁੰਡਾ 2:30 ਵਜੇ ਦੀ ਗੱਲ ਸੀ, ਉਹ ਰਿਸ਼ਤੇਦਾਰ ਆਈ, ਉਹ ਆਪਣਾ ਦਾਰੂ ਸ਼ਿਕਾ ਲੈਣ ਗਿਆ ਸੀਗਾ। ਮੇਰੇ ਚਾਚੇ ਦਾ ਮੁੰਡਾ ਪਟਨਾ, ਮੇਰੇ ਪੁੱਤਰ ਨੂੰ 2:30 ਵਜੇ ਮੇਰੇ ਪੁੱਤਰ ਨੂੰ ਪੈ ਗਿਆ। ਮੈਂ ਸਿੱਧੀਆਂ ਗੱਲਾਂ ਝੂਠ ਨਹੀਂ, ਮੈਂ ਮਾਰਨਾ, ਮੈਂ ਗੁਰੂ ਘਰਨ ਵਾਲੀ ਹਾਂ, ਮੈਂ ਅੰਮ੍ਰਿਤ ਧਾਰਨ ਹਾਂ। ਮੇਰਾ ਪੁੱਤਰ ਕਿਸੇ ਰਿਸ਼ਤੇਦਾਰ ਆਇਆ ਸੀ, ਕਿਸੇ ਦੀ ਜੋਗੀ ਸ਼ਰਾਬ ਦੀ ਬੋਤਲ ਲੈਣ ਗਿਆ ਸੀ ਰਿਸ਼ਤੇਦਾਰ ਵਾਸਤੇ। ਇਹ ਅੱਗੋਂ ਮੁੰਡੇ ਨੇ ਆਖਿਆ ਵੀ ਇੰਨੇ ਮੋਟਰਸਾਈਕਲ ਲਾਇਆ ਇਸ ਰੁਕਦਾ, ਇਹਨੇ ਮੁੰਡੇ ਨੇ ਮੇਰੇ ਨੇ ਹਾਰਨ ਮਾਰਿਆ ਵੀ ਮੋਟਰਸਾਈਕਲ ਸਾਈਡ ਤੇ ਕਰ ਲੈ, ਇਹਨੇ ਮੋਟਰਸਾਈਕਲ ਨਹੀਂ ਸਾਈਡ ਤੇ ਕੀਤਾ। ਮਾਸੀ ਜੀ ਇਹਦੇ ਜੀ, ਮੈਂ ਆਪਣੇ ਰੋਡ ਤੇ ਪਿੰਡ ਵਾਲੇ ਤੇ ਜਾ ਰਿਹਾ ਸੀ ਜੀ, ਤੇ ਇੱਕ ਪਾਸੇ ਪਿੰਡ ਦੇ ਟਰੱਕ ਤੇ ਇੱਟਾਂ ਲੱਥ ਰਹੀਆਂ ਸੀ, ਇੱਕ ਪਾਸੇ ਧੂੜੀ ਲੱਥ ਰਹੀ ਸੀ, ਤੇ ਮੈਂ ਆਪਣੀ ਮੋਟਰ ਵਾਲੇ ਰਾਹ ਤੇ ਬੰਨ ਤੇ ਜਾ ਰਿਹਾ ਸੀਗਾ ਜੀ। ਉੱਥੇ ਇੱਕ ਪਾਲਾ ਨਾਂ ਦਾ ਬਦਮਾਸ਼ ਬੰਨ ਕ੍ਰੋਸ ਕਰਕੇ ਮੋਟਰਸਾਈਕਲ ਖੜਾ ਕਰਕੇ ਬੈਠਾ ਸੀਗਾ ਲੰਬੇ ਰੋਡ ਜੀ। ਹੱਥ ਜੋੜ ਕੇ ਬੇਨਤੀ ਇਹੋ ਹੀ ਕਰਦੇ ਹਾਂ ਜੀ, ਜਿੱਦਾਂ ਹੁਣ ਦੁਰਘਟਨਾ ਹੋਈ ਆ, ਜੇ ਮੰਨ ਲਓ ਮੁੰਡੇ ਨੂੰ ਮਾਰ ਕੇ ਵੱਢ ਜਾਂਦੇ, ਮੁੰਡਾ ਮਰ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ? ਹਮੇਸ਼ਾ ਹੀ ਅਸੀਂ ਜਦੋਂ ਹੀ ਦੇਖਦੇ ਲੰਘਦੇ, ਧੀਆਂ ਭੈਣਾਂ ਵੀ ਲੰਘਦੀਆਂ ਵਾਂ, ਬੰਨ ਦੇ ਉੱਤੇ ਤੇ ਕਿਸੇ ਹਜੀਰੇ ਨੂੰ ਸੜਕ ਜਾਂਦੀ, ਉੱਥੇ 10-15 ਬੰਦੇ ਜ਼ਰੂਰੀ ਉੱਥੇ ਰਹਿੰਦੇ ਹੀ ਆ, ਡਰਦੇ ਬੰਦੇ, ਬੀਬੀਆਂ ਭੈਣਾਂ ਉੱਥੋਂ ਦੀ ਲੰਘਦੀਆਂ ਨਹੀਂ। 8-10 ਬੰਦੇ ਰਾਤ ਦੁਪਹਿਰੇ 2:30-3 ਵਜੇ ਦੀ ਗੱਲ ਹੈ, ਮੇਰੇ ਮੁੰਡੇ ਦੇ ਗੱਲ ਪੈ ਗਏ, ਨਾਲੇ ਆ ਮੇਰੇ ਵੀ ਸਿਰ ਦੇ ਵਾਲ ਬਹੁਤ ਬੁਰਾ ਹਾਲ, ਮੇਰੇ ਕੱਪੜੇ ਦੇਖੋ ਜਾ ਕੇ ਸਾਰੇ ਪਾਟੇ ਪਏ ਨੇ ਕੁੱਟ ਕੁੱਟ ਕੇ। ਦੇਖੋ ਮੈਂ
ਤਿੰਨ ਦਿਨ ਬਾਅਦ ਛੁੱਟੀ ਤੋਂ ਬਾਅਦ ਅੱਜ ਹੋਸਪਿਟਲ ਆਇਆ। ਮੇਰੀ ਰੂਟੀਨ ਹੈ ਕਿ ਰੋਜ਼ ਵਾਰਡ ਦਾ ਰਾਊਂਡ ਕਰਨਾ ਹੁੰਦਾ ਹੈ। ਅੱਜ ਵੀ ਮੈਂ ਜਦੋਂ ਗਿਆ ਤਾਂ ਸੇਮ ਜੋ ਸਟੋਰੀ ਤੁਹਾਨੂੰ ਦੱਸੀ ਉਹ ਮੈਨੂੰ ਵੀ ਦੱਸੀ ਸੀ। ਅਤੇ ਜਿਹੜਾ ਇਲਾਜ ਦਾ ਤਲਕ ਹੈਗਾ ਮੈਂ ਸਟਾਫ ਕੋਲੋਂ ਪੁੱਛਿਆ। ਇੰਜੈਕਸ਼ਨ ਜਿਹੜੇ ਸੀਗੇ ਉਹ ਕਹਿੰਦੇ ਅਸੀਂ ਟਾਈਮ ਸਿਰ ਆ ਕੇ ਲਗਾਉਂਦੇ ਰਹੇ ਹਾਂ, ਅਤੇ ਜਿਹੜੀ ਟੇਬਲੇਟ ਫੋਰਮ ਹੁੰਦੀ ਆ ਉਹ ਥੋੜ੍ਹੀ ਮੈਡੀਸਨ ਉਹਨਾਂ ਕੋਲ ਜਿੰਨੀ ਕੁ ਸਟੋਕ 'ਚ ਹੁੰਦੀ ਉਹਦੇ ਹਿਸਾਬ ਨਾਲ ਦੇ ਦਿੰਦੇ ਆ। ਅਦਰਵਾਈਜ਼ ਅਸੀਂ ਮੈਡੀਸਨ ਜਿਹੜੀ ਆ ਡਿਸਪੈਂਸਰੀ 'ਚ ਉਹਨਾਂ ਨੂੰ ਇਸ਼ੂ ਕਰਵਾ ਕੇ ਰੂਟੀਨ 'ਚ ਦੇ ਦਿੰਦੇ ਹਾਂ। ਦੇਖੋ ਜੀ, ਜਿਵੇਂ ਹਸਪਤਾਲ ਤੋਂ ਅੱਜ ਇੱਕ ਦਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਾਚੀ ਜੀ ਆ MLR ਮਨਜ਼ੂਰ ਹੋਈ ਜੀ। ਜਦੋਂ ਜੀ MLR ਮਨਜ਼ੂਰ ਹੋ ਗਈ ਨਾਲ ਦੀ ਨਾਲ ਉਹਦਾ ਬਿਆਨ ਕ੍ਰਮਬੰਧ ਕਰ ਲਿਆ। ਬਿਆਨ ਦੇ ਕ੍ਰਮਬੰਧ ਕਰਕੇ ਜਿਹੜੀ ਜੋ ਮਰਜ਼ੀ ਕਾਰਵਾਈ ਉਹ ਕੀਤੀ ਜਾ ਰਹੀ ਹੈ। बढ़ते अगली खबर की ओर। कपूरथला पुलिस ने संगठित अपराध के खिलाफ एक विशेष अभियान चलाया। इस अभियान के तहत पुलिस ने रंगदारी मांगने वाले गिरोह का पर्दाफाश किया है। पुलिस ने आकाशदीप सिंह को गिरफ्तार किया है, वहीं दो फरार साथियों की तलाश में पुलिस जुटी हुई है। फिलहाल पुलिस ने मामला दर्ज कर आकाशदीप से पूछताछ शुरू कर दी है। वहीं SSP कपूरथला ने लोगों से अपील करते हुए कहा कि ज्यादातर धोखाधड़ी काले फर्जी और झूठे लोगों द्वारा की जाती है, जिन्हें इससे सावधान रहना चाहिए। जनता बिल्कुल भी घबराए नहीं, कोई भी धोखाधड़ी का मामला मैसेज या कॉल आए तो पुलिस को तुरंत सूचित करें। कपूरथला से अजय सबरवाल की रिपोर्ट। ये सुल्तानपुर लोधी विखे 17 में एक थ्रेट कॉल आई थी। ਅਤੇ ਉਸ ਤੋਂ ਬਾਅਦ 19 ਨੂੰ ਉਹਨਾਂ ਨੇ ਡਰਾਉਣ ਦੀ ਖਾਤਰ ਉਹਦੇ ਘਰ 'ਤੇ 3 ਫਾਇਰ ਕੀਤੇ ਸੀਗੇ, ਜਿਹਦੇ ਸੰਬੰਧ 'ਚ ਅਸੀਂ ਕੇਸ ਰਜਿਸਟਰ ਕੀਤਾ ਸੀ ਸੁਲਤਾਨਪੁਰ ਲੋਧੀ ਵਿਖੇ। ਔਰ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਦੋਂ ਅਸੀਂ ਸ਼ੁਰੂ ਕੀਤੀ ਹੈ ਅਤੇ ਇਹਦੇ ਵਿੱਚ ਟੈਕਨੀਕਲ ਔਰ ਹਿਊਮਨ ਤਰੀਕੇ ਨਾਲ ਜਦੋਂ ਇਹਨੂੰ ਅਸੀਂ ਜਾਂਚਿਆ ਸਾਰੇ ਚੀਜ਼ ਨੂੰ, ਤਾਂ ਉਹਦੇ ਵਿੱਚ ਇੱਕ ਬੰਦਾ ਅਸੀਂ ਕੱਲ੍ਹ ਅਰੈਸਟ ਕੀਤਾ ਹੈਗਾ, ਆਕਾਸ਼ਦੀਪ ਉਰਫ ਅਸ਼, ਜਿਹਦੇ ਖਿਲਾਫ਼ ਪਹਿਲਾਂ ਹੀ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ, ਇਹਦੇ ਖਿਲਾਫ਼ 4 ਕੇਸ ਰਜਿਸਟਰ ਆ। ਔਰ ਇਸ ਤੋਂ ਬਾਅਦ ਇਹਦਾ ਪਤਾ ਲੱਗਿਆ ਵੀ ਇਹਦੇ ਨਾਲ 3 ਲੜਕੇ ਹੋਰ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀਗਾ। ਉਹਦੇ ਸੰਬੰਧ ਵਿੱਚ ਇਹਨੂੰ ਕੱਲ੍ਹ ਅਸੀਂ ਅਰੈਸਟ ਕਰ ਲਿਆ ਹੈਗਾ ਔਰ ਇਹਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਲਿਆ ਹੈਗਾ। ਉਸ ਤੋਂ ਬਾਅਦ ਜਿਹੜੇ 3 ਬੰਦੇ ਲੜਕੇ ਹੋਰ ਨੇ ਉਹ ਤਰਨਤਾਰਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ, ਉਹਨਾਂ ਦੇ ਖਿਲਾਫ਼ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਨੋਮੀਨੇਟ ਕਰ ਲਿਆ ਹੈਗਾ ਇਸ ਮੁਕੱਦਮੇ ਦੇ ਵਿੱਚ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਥ੍ਰੈਟ ਕਾਲ 3rd ਮਹੀਨੇ ਆਈ ਸੀਗੀ, ਉਹਦੇ ਵਿੱਚ ਵੀ ਅਸੀਂ ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਕੇਸ ਰਜਿਸਟਰ ਕੀਤਾ ਸੀਗਾ। ਕੇਸ ਰਜਿਸਟਰ ਕਰਨ ਤੋਂ ਬਾਅਦ ਅਸੀਂ ਉਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਤਾਂ ਉਹਦੇ ਵਿੱਚ ਵੀ ਅਸੀਂ 12 ਬੰਦੇ ਅਰੈਸਟ ਕੀਤੇ ਸੀਗੇ। ਈਵਨ ਜਿਨ੍ਹਾਂ ਬੰਦਿਆਂ ਨੇ ਉਹਨਾਂ ਨੂੰ ਪਨਾਹ ਦਿੱਤੀ ਸੀਗੀ, ਜਿਹੜੇ ਬੰਦੇ ਉਹਦੇ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀਗੇ। ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ 2 ਕਾਲਾਂ ਸਾਡੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਸਾਨੂੰ ਟੇਸ ਹੋਈਆਂ ਸੀ, ਜਿਹੜਾ ਕਿ ਬੰਬੀਹਾ ਗੈਂਗ ਨੂੰ ਦੱਸ ਰਿਹਾ ਸੀ ਕਿ ਅਸੀਂ ਬੰਬੀਹਾ ਗੈਂਗ ਤੋਂ ਬੋਲ ਰਹੇ ਹਾਂ ਔਰ ਪੈਸਿਆਂ ਦੀ ਡਿਮਾਂਡ ਕੀਤੀ ਸੀ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਕੇ ਗਿੱਦੜਬਾਹਾ ਮੇਂ ਇੱਕ ਮਜ਼ਦੂਰ ਪਰਿਵਾਰ ਕੇ 2 ਬੱਚੋਂ ਕੀ ਵਾਟਰ ਵਰਕਸ ਕੀ ਪਾਣੀ ਕੀ ਡਿੱਕੀ ਮੇਂ ਡੂਬਨੇ ਸੇ ਮੌਤ ਹੋ ਗਈ। ਬਤਾਇਆ ਜਾ ਰਹਾ ਹੈ ਕਿ ਗਿੱਦੜਬਾਹਾ ਮੇਂ ਫਸਲ ਕਾ ਸੀਜ਼ਨ ਲਗਾਨੇ ਆਏ ਪ੍ਰਵਾਸੀ ਮਜ਼ਦੂਰੋਂ ਕੇ ਪਰਿਵਾਰ ਕੇ ਬੱਚੇ ਜਲਾਸ਼ਯ ਕੇ ਪੀਛੇ ਬਨੇ ਪਾਰਕ ਸੇ ਜਲਾਸ਼ਯ ਕੀ ਓਰ ਗਏ। ਇਸੀ ਦੌਰਾਨ 3 ਲੜਕੀਆਂ ਅਚਾਨਕ ਵਾਟਰ ਵਰਕਸ ਕੇ ਪਾਣੀ ਵਾਲੀ ਡਿੱਕੀ ਮੇਂ ਨਹਾਨੇ ਕੇ ਲੀਏ ਕੂਦ ਪੜੀ। ਇਸ ਬੀਚ 2 ਕੀ ਹੀ ਮੌਕੇ ਪਰ ਹੀ ਮੌਤ ਹੋ ਗਈ ਜਬਕਿ 1 ਬੱਚੀ ਕੋ ਬਚਾ ਲਿਆ ਗਿਆ।
घटना की जानकारी मिलते ही पुलिस मौके पर पहुंच गई। दोनों शवों को पोस्टमार्टम के लिए सिविल अस्पताल भेज दिया। फिलहाल पुलिस मामले में आगे की कार्रवाई कर रही है। श्री मुक्तसर साहिब से बूटा सिंह की रिपोर्ट। हम लोग आम चुनने आए थे, चुनने थे, लड़का ने बोला कि हम जाते हैं नहाने के लिए, चलो छलांग मारूंगी, इन्होंने बोला कि मैं चलो छलांग मारूंगी, तेन डूब बीच छलांग मार दिया, ये पेल के उतर गया, तो इन बोला कि मधु तू भी चल जा नीचे, तू भी नहा लेना, तो एक लड़की था ना, क्या नाम था, प्रीति, प्रीति के ना ऐसा किया तो भी चला गया, फिर बात को इसका चुन्नी था वो लड़की पकड़ा तो भी इसके साथ चला गया, फिर बात को जो हुआ डूबने लग गया तो एक बीरे था वो मोबाइल देख रहा था, फिर इसका चुन्नी पकड़ के खींच लिया, फिर वो दोनों डूब गया, फिर निकला नहीं, ये बच गया और दोनों निकला नहीं बात नहीं। जितों तक सानू दस्या गया मोगे तो हर वेले साडे बंदे ग्राउंड की कलाक 8-8 घंटे ड्यूटी है, साडे जूनियर टेक्नीशियन नाल उहदे सपोर्टिंग टीम मैन सारे अवेलेबल होंगे है, मोगे तो नहीं आए गए, पर साडा करीब 10 acres दे वाटर फैलिया है, और साड़ी खुशकिसमती है कि पिछले दिनों में सारी बाउंड्री वाल पहले टुटी हुई थी, सारी नवी बाउंड्री वाल कराई है, कोई वीक पॉइंट भी नहीं जितों चढ़ सके, पर बच्चे अक्सर कुछ भी मतलब कल भी जंप कर सकते हैं, और नाल इस तो पहला भी बड़ी खेतों जो पार्क बाबा जी बने उत्थे बच्चे आते हैं, तो पहला बड़ा इंसीडेंट होया कि वो छाल मार के इधर नहाने के बच्चे या कि पेड़ों पर अंब लगे है वो खाने के बदले आ जाते हैं, तो इन्हें लगातार कंट्रोल रखना संभव भी नहीं, पर मोगे तो दस्या गया साढ़े स्टाफ ने कि किसी ने एंट्री नहीं की है, मंदभागी घटना हुई है, अगर इस बारे अभी और भी विचार कर रहे हैं, होर प्रीकॉशन लेने पे तो भी लैन की कोशिश करा। ये बच्चे इतों वाटर बस की डिग्गियाँ गिदरवा टंकियों से नहाँ चले गए, डिग्गी के नहाँदे नहाँदे बच्चे 8 टोटल छोटे 12-13 साल की उम्र के सी, वो 3 बच्चे पहला डुब गए, जिन्हों चो दो लाशा मिल गई बाहर, एक ने बच्चों ने रौला पाया, जिसे लोग राहगीर लंघ रहे थे उन्होंने बचा लिया, तो दो बच्चे डुब गए जिन्हों की दोनों डेड बॉडियां से बाहर कड़ दी लोगों की मदद के नाल। बढ़ते पंजाब की अगली खबर की ओर। तरनतारन जिले के गांव रानीवाल में उस वक्त बड़ा हादसा हो गया जब चाचा और बेटा पिंड चंबा खुर्द में एक खेत में पाइपलाइन का काम कर रहे थे, इसी दौरान अचानक मिट्टी का ढेर उनके ऊपर गिर गया और वे उसमें फंस गए, जिसके बाद अफरा तफरी मच गई। वहीं जेसीबी की मदद से दोनों को मिट्टी से बाहर निकाला गया और तत्काल अस्पताल पहुंचाया, लेकिन तब तक काफी देर हो चुकी थी। अस्पताल में डॉक्टरों ने युवराज सिंह और प्रीतपाल सिंह को मृत घोषित कर दिया। इस घटना से गांव में शोक छा गया। तरनतारन से विशाल कटारिया की रिपोर्ट। साढ़े गुआंढ से चाचे ताया च लगते हैं, ये दो जने, एक का नाम मनहर सिंह जी, दूजे का नाम मनदीप सिंह जी, दोनों 16-17 साल की उम्र के ही, ये घरों काम कर लैके गया ही, इन्हों कोई गुआढ़ चाहिए तो शहर पता नहीं, तो उन्होंने उत्थे कित दबण टोया के दबण के नाल इन्हों की डैथ हुई, कढ़ते समय जेसीबी लगन का नाल इन्हों की डैथ हुई दोवे की, एक का नाम मनदीप सिंह मनदीप, तो एक का नाम छोटा नाम जो मनू कहते हैं, और एक का नाम मनप्रीत सिंह। ਇਹ ਨਾ ਆਪਣਾ ਜਸਵੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਅਤੇ ਇਰੀਗੇਸ਼ਨ ਦੀ ਪੈਪ ਪਾ ਰਹੇ ਸੀਗੇ, ਅਤੇ 3 feet ਟੋਇਆ ਸੀਗਾ, ਅਤੇ ਉਹਦੇ ਵਿੱਚ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ, ਅਤੇ ਉਹ ਮਿੱਟੀ ਢਿੱਗ ਡਿੱਗਣ ਨਾਲ ਉਹ ਥੱਲੇ ਆਉਣ ਨਾਲ ਨਾ ਅਤੇ ਇਹਨਾਂ ਦੀ ਮੌਤ ਹੋ ਗਈ ਹੈ। ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮੁਖਤਾਰ ਸਿੰਘ, ਇਹਦੀ ਉਮਰ 20 ਸਾਲ ਦੀ ਹੈ, ਅਤੇ ਦੂਜੇ ਦਾ ਨਾਂ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ, ਇਹਦੀ ਉਮਰ ਹੈਗੀ 18 ਸਾਲ ਦੀ। ਇਹ ਦੋਵੇਂ ਯਾਨੀ ਕਿ ਰਾਣੀਵਾਲ ਦੇ ਰਹਿਣ ਵਾਲੇ ਨੇ,
ਅਤੇ ਬਾਕੀ ਡੈੱਡ ਬੋਡੀਆਂ ਹੀ ਕਬਜ਼ੇ 'ਚ ਲੈ ਲਈਆਂ ਨੇ ਅਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੀ ਹੀ ਕਾਰਵਾਈ ਅਮਲ 'ਚ ਲਿਆ ਦਾਂਗੇ।